ਗੁਰਦਾਸਪੁਰ ਚ ਮਹਾਸ਼ਿਵਰਾਤਰੀ ਦੇ ਮੌਕੇ ਤੇ ਸ਼ੋਭਾ ਯਾਤਰਾ ਕੱਢੀ ਗਈ। ਇਹ ਸ਼ੋਭਾ ਯਾਤਰਾ ਗੁਰਦਾਸਪੁਰ ਦੇ ਬਾਜ਼ਾਰਾਂ ਚੋਂ ਹੁੰਦੀ ਹੋਈ ਮਾਈ ਦਾ ਤਲਾਬ ਮੰਦਿਰ ਚ ਸਮਾਪਤ ਹੋਈ। ਇਸ ਸ਼ੋਭਾ ਯਾਤਰਾ ਵਿਚ ਸ਼ਿਵ ਸੈਨਾ ਪੰਜਾਬ ਦੇ ਨੇਤਾ ਹਰਵਿੰਦਰ ਸੋਨੀ ਵਿਸ਼ੇਸ਼ ਰੂਪ ਵਿਚ ਹਾਜ਼ਰ ਹੋਏ। ਸ਼ਿਵਰਾਤਰੀ ਦੀ ਸ਼ੋਭਾ ਯਾਤਰਾ ਜੋ ਕਿ ਸਾਡੇ ਈਸ਼ ਦੇਵ ਮਹਾਦੇਵ ਨੇ ਉਹਨਾਂ ਦੀ ਇੱਕ ਵਿਵਾਹ ਨਾਲ ਸੰਬੰਧਿਤ ਇੱਕ ਪਰਵ ਹੈ ਸਾਡਾ, ਜਿਹਦੇ ਸੰਬੰਧ ਵਿੱਚ ਅੱਜ ਸ਼ੋਭਾ ਯਾਤਰਾ ਕੱਢੀ ਗਈ ਹੈ, ਜਿਸ ਦੇ ਵਿੱਚ ਸਾਡੇ ਜਿਹੜੇ ਗੁਰਦਾਸਪੁਰ ਦੇ ਜਿੰਨੇ ਵੀ ਧਾਰਮਿਕ ਸਮਾਜਿਕ ਰਾਜਨੀਤਿਕ ਸੰਗਠਨ ਨੇ ਉਹਨਾਂ ਨੇ ਸਹਿਯੋਗ ਦਿੱਤਾ ਹੈ। ਅਸੀਂ ਮਿਲ ਜੁਲ ਕੇ ਸਨਾਤਨ ਧਰਮ ਨੂੰ ਅੱਗੇ ਵਧਾਉਣਾ ਹੈ ਔਰ ਮਹਾਸ਼ਿਵਰਾਤਰੀ ਦੀ ਸਭ ਨੂੰ ਬਹੁਤ ਬਹੁਤ ਵਧਾਈ। ਅੱਜ ਦੀ ਸ਼ੋਭਾ ਯਾਤਰਾ ਸ਼ਹਿਰ ਗੁਰਦਾਸਪੁਰ ਵੱਲੋਂ ਮਹਾਸ਼ਿਵਰਾਤਰੀ ਦੇ ਉਪਲਕਸ਼ 'ਚ ਕੱਢੀ ਗਈ ਹੈ। ਸਾਰੇ ਸ਼ਵਾਸੀਆਂ ਨੇ, ਸਭ ਸੰਸਥਾਵਾਂ ਨੇ, ਇਹਦੇ ਵਿੱਚ ਸਭ ਮੰਦਰਾਂ ਨੇ ਹਿੱਸਾ ਲਿਆ। ਸੋਨੀ ਉਹਨਾਂ ਨੇ ਮੁੱਖ ਰੂਪ 'ਚ ਦਾ ਰੋਲ ਨਿਭਾਇਆ ਔਰ ਭਗਵਾਨ ਸ਼ੰਕਰ ਨੇ ਮੌਸਮ ਬਹੁਤ ਵਧੀਆ ਕੀਤਾ ਹੋਇਆ ਅੱਜ, ਔਰ ਸਭ ਨੂੰ ਸ਼ਿਵਰਾਤਰੀ ਦੀ ਬਹੁਤ ਬਹੁਤ ਵਧਾਈ ਹੈ।